ਅੱਜ ਤੋਂ ਸਾਡੀ ਪਾਰਟੀ ਦਾ ਨਾਂ ਸੰਯੁਕਤ ਸੰਘਰਸ਼ ਪਾਰਟੀ ਹੋਏਗਾ। ਇਸ ਤੋਂ ਥੱਲੇ ਆਪਾਂ ਜਿਹੜਾ 2022 ਦਾ ਇਲੈਕਸ਼ਨ ਹੈ ਪੰਜਾਬ ਦਾ ਉਹ ਲੜਾਂਗੇ। ਹਰ ਸੰਭਵ ਪ੍ਰਯਾਸ ਕਰੇਂਗੇ ਕਿ ਪੰਜਾਬ ਦੇ ਅੰਦਰ ਇਤਨਾ ਰੋਜ਼ਗਾਰ ਇਤਨੀ ਵਿਵਸਥਾ ਪੈਦਾ ਹੋ ਜਾਏ ਕਿ ਕਮ ਸੇ ਕਮ ਹਰ ਆਦਮੀ ਕੇ ਪਰਿਵਾਰ ਚਲਾਣੇ ਕਾ ਸਾਧਨ ਤੋਂ ਯਹਾਂ ਪੇ ਪੈਦਾ ਹੋ। ਅਗਰ ਯਹਾਂ ਪੇ ਫੀਮ ਕੀ ਖੇਤੀ ਕਰਵਾਉਣੀ ਸ਼ੁਰੂ ਕਰਦੀ ਜਾਏ ਤੋ ਬਹੁਤ ਉੱਨਤੀ ਕਰ ਸਕਦਾ ਹੈ ਪੰਜਾਬ। ਰਾਜਨੀਤੀ ਨੂੰ ਸ਼ੁੱਧ ਕਰਨ ਦੀ ਲੋੜ ਹੈ, ਰਾਜਨੀਤੀ ਦੂਸ਼ਿਤ ਹੋ ਗਈ ਹੈ, ਉਸ ਰਾਜਨੀਤੀ ਨੂੰ ਬਦਲਣ ਦੀ ਲੋੜ ਹੈ। ਅੱਜ ਅੰਗਰੇਜ਼ ਸਾਡੀ ਪੋਲਿਸੀ ਨਹੀਂ ਬਣਾ ਰਹੇ, ਅੱਜ ਸਾਡੇ ਦੇਸ਼ ਦੇ ਲੀਡਰ ਸਾਡੇ ਦੇਸ਼ ਦੇ ਨੀਤੀਕਾਰ ਸਾਡੀ ਪੋਲਿਸੀ ਬਣਾ ਰਹੇ ਨੇ ਅਤੇ ਸਾਡੇ ਦੇਸ਼ ਦੇ ਨੀਤੀਕਾਰਾਂ ਨੇ ਪੂੰਜੀਵਾਦ ਨੂੰ ਬੜਾਵਾ ਦਿੰਦੇ ਹੋਏ ਪੂੰਜੀਪਤੀਆਂ ਦੇ ਪੱਖ ਦੀਆਂ ਨੀਤੀਆਂ ਬਣਾਈਆਂ ਨੇ, ਆਮ ਗਰੀਬ ਬੰਦੇ ਦੀ ਪੱਖ ਦੀ ਨੀਤੀ ਨਹੀਂ ਬਣਾਈ। ਅਤੇ ਇਸ ਕਰਕੇ ਅੱਜ ਅਸੀਂ ਆਪਣੀ ਨਵੀਂ ਪਾਰਟੀ ਲਾਂਚ ਕਰ ਰਹੇ ਹਾਂ ਸੰਯੁਕਤ ਸੰਘਰਸ਼ ਪਾਰਟੀ ਦੇ ਨਾਂ ਤੋਂ। ਅਤੇ ਸਾਡਾ ਮਕਸਦ ਜਿਹੜਾ ਹੋਏਗਾ ਉਹ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ, ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੈ, ਮਾੜੇ ਲੋਕਾਂ ਨੂੰ, ਭ੍ਰਸ਼ਟ ਲੋਕਾਂ ਨੂੰ, ਉਹਨਾਂ ਨੂੰ ਜਿਹੜਾ ਦੇਸ਼ ਨੂੰ ਲੁੱਟ ਰਹੇ ਨੇ, ਜਿਹੜੇ ਦੇਸ਼ ਨੂੰ ਦੀ ਪੋਲਿਸੀ ਬੜੇ ਪੂੰਜੀਪਤੀਆਂ ਦੇ ਪੱਖ ਦੇ ਵਿੱਚ ਬਣਾ ਰਹੇ ਨੇ, ਗਰੀਬਾਂ ਨੂੰ ਲੁੱਟਣ ਦੀ ਪੋਲਿਸੀ ਬਣਾ ਰਹੇ ਨੇ, ਉਹਨਾਂ ਲੋਕਾਂ ਨੂੰ ਰਾਜਨੀਤੀ ਤੋਂ ਬਾਹਰ ਕਰਾਂਗੇ। ਅਤੇ ਸਾਡੀ ਜਿਹੜੀ ਪਾਰਟੀ ਹੈ ਉਹ ਧਰਮ ਨਿਰਪੇਕਸ਼ ਹੋਏਗੀ, ਉਹ ਜਾਤੀ ਨਿਰਪੇਕਸ਼ ਹੋਏਗੀ। ਅਸੀਂ ਇਸੇ ਕਰਕੇ ਅੱਜ ਉਸ ਚੀਜ਼ ਨੂੰ ਦਰਸਾਉਂਦੇ ਹੋਏ ਅਸੀਂ ਜਿਹੜਾ ਡਾਕਟਰ ਸ਼ੈਲੀ ਨੇ ਜਿਹੜੇ ਈਸਾਈ ਸਮਾਜ ਦੇ ਨੇ ਉਹਨਾਂ ਦੇ ਹੈੱਡ ਨੇ, ਅਸੀਂ ਦਲਿਤ ਸਮਾਜ ਦੇ ਜਿਹੜੇ ਰਾਜੂ ਜੀ ਨੇ ਉਹਨਾਂ ਨੂੰ ਨਾਲ ਬਿਠਾਇਆ, ਅਸੀਂ ਹਿੰਦੂ ਮਹਾਸਭਾ ਤੋਂ ਜਿਹੜਾ ਹੈ ਇੰਦਰਾ ਤਿਵਾਰੀ ਜੀ ਹੈ ਹਿੰਦੂ ਮਹਾਸਭਾ ਦੀ ਪ੍ਰਧਾਨ ਹੈ ਅਤੇ ਕਾਂਤਾ ਆਲੜੀਆ ਜੀ ਹੈ, ਇਹਨਾਂ ਨੂੰ ਅੱਜ ਅਸੀਂ ਪੰਜਾਬ ਦੇ ਪ੍ਰਭਾਰੀ ਲਾ ਰਹੇ ਹਾਂ। ਕਾਂਤਾ ਆਲੜੀਆ ਜੀ ਦਲਿਤ ਸਮਾਜ ਤੋਂ ਹੈ ਅਤੇ ਰਿਸ਼ਪਾਲ ਰਾਜੂ ਜੀ ਰਿਸ਼ਪਾਲ ਜੋੜਾ ਮਾਜਰਾ ਜੀ ਹੈ, ਇਹਨਾਂ ਨੂੰ ਅਸੀਂ ਅੱਜ ਪੰਜਾਬ ਦੇ ਪ੍ਰਧਾਨ ਬਣਾ ਰਹੇ ਹਾਂ ਇਹ ਜਰਨਲ ਸਮਾਜ ਤੋਂ। ਅਤੇ ਅਸੀਂ ਸਾਰਿਆਂ ਦਾ ਜਿਹੜਾ ਹੈ ਤਾਲਮੇਲ ਬਣਾ ਕੇ ਮਜ਼ਦੂਰ ਕਿਸਾਨ ਸ਼ਹਿਰ ਵਾਲੇ ਰੇੜੀ ਫੜੀ ਵਾਲੇ ਆਮ ਜਿਹੜਾ ਬੰਦਾ ਹੈ ਸਾਡੀ ਜਿਹੜੀ ਪਾਰਟੀ ਕੰਮ ਕਰੇਗੀ ਉਹ ਆਮ ਸਮਾਜ ਵਾਸਤੇ ਸਾਰੇ ਸਮਾਜ ਵਾਸਤੇ ਕੰਮ ਕਰੇਗੀ ਅਤੇ ਸਾਰੇ ਸਮਾਜ ਨੂੰ ਆਪਾਂ ਜੋੜ ਕੇ ਚੱਲਾਂਗੇ। ਸਾਡੀ ਜਿਹੜੀ ਪਾਰਟੀ ਹੈ ਉਹ ਜਾਤੀ ਨਿਰਪੇਕਸ਼ ਰਹੇਗੀ, ਉਹ ਧਰਮ ਨਿਰਪੇਕਸ਼ ਰਹੇਗੀ। ਅਤੇ ਜਿਹੜਾ ਸਾਡਾ ਮੂਲ ਮਕਸਦ ਪਾਰਟੀ ਦਾ ਹੈ ਉਹ ਇਹ ਹੋਏਗਾ ਵੀ ਵੱਡੇ ਲੋਕਾਂ ਦੀ ਜੇਬ 'ਚੋਂ ਪੈਸਾ ਨਿਕਲੇ ਅਤੇ ਸਭ ਤੋਂ ਛੋਟੇ ਲੋਕਾਂ ਦੀ ਜੇਬ 'ਚ, ਸਭ ਤੋਂ ਗਰੀਬ ਲੋਕਾਂ ਦੀ ਜੇਬ 'ਚ ਪੈਸਾ ਜਾਏ। ਮੂਲ ਮਕਸਦ ਜਿਹੜਾ ਹੋਏਗਾ ਉਹ ਸਮਾਨਤਾ ਲਿਆਉਣ ਦਾ ਹੋਏਗਾ, ਨਿਆਏ ਲਿਆਉਣ ਦਾ ਹੋਏਗਾ, ਨਸ਼ਾਖੋਰੀ ਰੋਕਣ ਦਾ ਹੋਏਗਾ, ਇਲਾਜ ਫਰੀ ਕਰਨ ਦਾ ਹੋਏਗਾ, ਪੜ੍ਹਾਈ ਫਰੀ ਕਰਨ ਦਾ ਹੋਏਗਾ। ਜਿਹੜੇ ਸਾਡੇ ਯੁਵਾ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਵਾਸਤੇ ਵੀ ਅਸੀਂ ਜਿਹੜਾ ਹੈ ਏਜੰਟਾਂ ਦੇ ਚੁੰਗਲੋਂ ਤੋਂ ਬਚਾ ਕੇ ਉਹਨਾਂ ਨੂੰ ਸਰਕਾਰੀ ਏਜੰਸੀਆਂ ਆਪਾਂ ਖੜੀ ਕਰਾਂਗੇ ਜਿਹੜੀ ਉਹਨਾਂ ਨੂੰ ਬਾਹਰ ਭੇਜਣ ਦਾ ਕੰਮ ਕਰਨ। ਉਹ ਸਾਰੀ ਚੀਜ਼ਾਂ ਅਸੀਂ ਜਿਹੜਾ ਹੈ ਜਿਹੜੀ ਸਮਾਜ ਨੂੰ ਲੋੜ ਹੈ ਉਹਨਾਂ ਵਾਸਤੇ ਸਾਡੀ ਪਾਰਟੀ ਜਿਹੜੀ ਉਹ ਕੰਮ ਕਰੇ। ਅਤੇ ਅੱਜ ਤੋਂ ਸਾਡੀ ਪਾਰਟੀ ਦਾ ਨਾਂ ਸੰਯੁਕਤ ਸੰਘਰਸ਼ ਪਾਰਟੀ ਹੋਏਗਾ। ਇਸ ਤੋਂ ਥੱਲੇ ਆਪਾਂ ਜਿਹੜਾ 2022 ਦਾ ਇਲੈਕਸ਼ਨ ਹੈ ਪੰਜਾਬ ਦਾ ਉਹ ਲੜਾਂਗੇ। ਅਲਾਇੰਸ ਦਾ ਅਜੇ ਕਿਸੇ ਨਾਲ ਕੋਈ ਤੈਅ ਨਹੀਂ ਹੈ ਅਤੇ ਸਾਡੀ ਕੋਸ਼ਿਸ਼ ਤਾਂ ਕਰਾਂਗੇ ਉਸ ਤਰ੍ਹਾਂ ਦੇ ਲੜਨ ਦੀ, ਬਾਕੀ ਉਸ ਰੱਬ ਦੀ ਮਰਜ਼ੀ ਆ। ਜੇ ਤਾਂ ਆਪਾਂ ਸ਼ੁਰੂ ਕੀਤਾ ਇਹ ਕੰਮ ਪਹਿਲੇ ਦਿਨ ਹੀ ਆਪਾਂ ਨਹੀਂ ਕਹਿ ਸਕਦੇ ਵੀ ਸਾਡੀ ਫਸਲ ਦਾ ਝਾੜ ਕਿੰਨਾ ਹੋਏਗਾ। ਜਿਨ ਅੰਗਰੇਜ਼ੋਂ ਕੋ ਹਮਨੇ ਕੁਰਬਾਨੀਆਂ ਦੇ ਕੇ ਦੇਸ਼ ਸੇ ਨਿਕਾਲਾ ਥਾ, ਆਜ ਹਮਾਰੇ ਦੇਸ਼ ਕਾ ਯੁਵਾ ਉਨ੍ਹੀਂ ਅੰਗਰੇਜ਼ੋਂ ਕੇ ਪਾਸ ਜਾ। ਲੇਕਿਨ ਯੇ ਵੀ ਇੱਕ ਬੜੀ ਬਾਤ ਹੈ ਕਿ ਦੇਸ਼ ਕੇ ਅੰਦਰ ਪੰਜਾਬ ਕੇ ਅੰਦਰ ਜੋ ਪੁਜੀਸ਼ਨ ਹੈ ਉਨਕੇ ਕਾਰੋਬਾਰ ਉਨਕਾ ਰੋਜ਼ਗਾਰ ਵੋ ਯਹਾਂ ਪੇ ਨਹੀਂ ਹੈ। ਅਗਰ ਉਨਕੋ ਮਿਲੇ ਤੋ ਆਪਣਾ ਦੇਸ਼ ਕੋ ਛੋੜ ਕੇ ਕੋਈ ਨਹੀਂ ਜਾਣਾ ਚਾਹਤਾ, ਆਪਣੇ ਪਰਿਵਾਰ ਕੋ ਛੋੜ ਕੇ ਕੋਈ ਨਹੀਂ ਜਾਣਾ ਚਾਹਤਾ। ਤੋ ਹਮ ਹਰ ਸੰਭਵ ਪ੍ਰਯਾਸ ਕਰੇਂਗੇ ਕਿ ਪੰਜਾਬ ਕੇ ਅੰਦਰ ਇਤਨਾ ਰੋਜ਼ਗਾਰ
इतनी व्यवस्था पैदा हो जाए कि कम से कम हर आदमी के परिवार चलाने का साधन तो यहाँ पे पैदा हो। इस तरीके से यहाँ पे काम करेंगे, यहाँ का मुख्य रोजगार जो है पंजाब का आज तक खेती रही है, और खेती को जो है वो इसमें बड़े बदलाव की जरूरत है जिससे यहाँ पे बहुत बड़ा रोजगार पैदा हो सकता है। यहाँ पे बहुत सी खेती इस तरह की पैदा हो सकती है जिसकी विदेशों में डिमांड हो सकती है, लेकिन उसकी व्यवस्था यहाँ पे खड़ी नहीं की गई। और हमने इसीलिए हमने कहा है कि पैदा करने से लेके और उपभोक्ता तक जो कारोबार होगा, खेती का जो कारोबार होगा वो किसान के हाथ में होगा, और ऐसी खेती की जाएगी जिसकी विदेशों में डिमांड हो। जैसे फूलों की खेती है, बहुत अच्छी खेती हो सकती है, और मैं तो ये भी कहूंगा कि अगर यहाँ पे फीम की खेती करवानी शुरू कर दी जाए तो बहुत उन्नति कर सकता है पंजाब। मेरी बात को मजाक में मत लेना, मेरी बात को इस तरह से मत लेना कि ये नशा है फीम, लेकिन फीम के अंदर सबसे ज्यादा कमाई भी है राजस्थान में है, सरकारी अगर हम करें। वैसे तो ऐसी संभावना नहीं है कि अगर दूसरे स्टेटों में जीत जाती है तो फिर बिल वापस लाएगी, ऐसी संभावना नहीं है, क्योंकि अभी अगर हम देखें तो सारे स्टेट इसमें इस तरह से नहीं लगे थे जिस तरह से हरियाणा पंजाब में आंदोलन हुआ, इस तरह से भी स्टेटों में नहीं हुआ था। दूसरा जो है कि अगर फिर वापस लाएगी तो हम फिर लड़ने के लिए तैयार हैं। अब हम दोनों तरीके से लड़ेंगे, अब हम अंदर भी लड़ेंगे और अब हम बाहर भी लड़ेंगे। मैं पूछना ये चाह रहा हूँ कि बीजेपी ये कह रही थी, तो पहले ही कह रही थी कि इलेक्शन लड़ेगा मनोबल तोड़ने के लिए कि इसलिए आंदोलन से हट जाए। क्या बीजेपी को देश को बेचने की छूट दे दें कि वो हमें ताना मारेगी, उस ताने से बचने के लिए बीजेपी को छूट दे दें कि वो सारे एयरपोर्ट बेच दे, सारी वो ट्रेनें भी बेच दे, सारे वो बंदरगाहें भी बेच दे, पूरे देश की कंपनियां भी बेच दे, पूरे देश के बैंक भी बेच डाले, उसको छूट दे दे देश को बेचने की। हम उनको लगाम लगाने के लिए सब कुछ कर रहे हैं।